ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਆਪਾਂ ਨੇ ਜਿਹੜੀ ਅੱਜ ਕਰਨੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਇੱਕ ਪਰਮੇਸ਼ਰ ਦੁਆਰ ਵਾਲਾ ਭੌਂਕਾ, ਅੱਜ ਕੱਲ੍ਹ ਹਿੰਦੀ ਵਾਲੀ ਭੈਣ ਜੀ ਬਣਿਆ ਹੋਇਆ, ਉਹ ਹਿੰਦੀ 'ਚ ਕਹਿੰਦੇ ਲੋਕਾਂ ਨੂੰ ਮੋਟੀਵੇਟ ਕਰਦਾ ਹੈ। ਸੋ ਰੋਜ਼ ਕੋਈ ਨਾ ਕੋਈ ਇੱਦਾਂ ਦੀ ਚਵਲ ਮਾਰਦਾ, ਕਿਸੇ ਜੁੱਤੀਆਂ ਖਾਂਦਾ, ਹੈ ਨਾ, ਫਿਰ ਦੋ ਦਿਨ ਚੀਕੀ ਜਾਂਦਾ ਚੈਨਲਾਂ 'ਤੇ ਆਪਣਿਆਂ 'ਤੇ। ਅਤੇ ਹੁਣ ਕਹਿ ਲਈਏ ਵੀ ਬਿਲਕੁਲ ਹੱਦ ਉਹਨੇ ਕਰਤੀ, ਹੱਦ ਇਹ ਕੀਤੀ ਹੈ ਕਿ ਸਿੱਖ ਧਰਮ ਤੋਂ ਹੀ ਬੰਦਾ ਮੁੱਕਰ ਗਿਆ। ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਸਿੱਖ ਧਰਮ ਨਹੀਂ ਚਲਾਇਆ। ਹਾਂਜੀ, ਸੋ ਇਹਨੂੰ ਹੁਣ ਜੇ ਪੁੱਛੀਏ ਭਾਈ ਸਾਹਿਬ ਨੂੰ, ਵਿਹਲੜ ਨਕਲੀ ਸਾਧ ਨੂੰ, ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਿੱਖ ਧਰਮ ਨਹੀਂ ਚਲਾਇਆ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਦੇ ਜੋ ਕਕਾਰ ਨੇ, ਜੋ ਉਹਨਾਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਇਆ, ਸਿੰਘ ਸਾਜੇ, ਤਾਂ ਉਹ ਕਕਾਰ ਜਿਹੜੇ ਤੂੰ ਕਿਉਂ ਧਾਰਨ ਕੀਤੇ ਹੋਏ ਹਜੇ ਤੱਕ, ਲਾਹੇ ਕਿਉਂ ਨਹੀਂ? ਠੀਕ ਹੈ, ਕਿਉਂ ਪਾਈ ਫਿਰਦਾ ਤੂੰ? ਕਿਉਂਕਿ ਉਹ ਤਾਂ ਸਿੱਖ ਧਰਮ 'ਚ ਆਉਂਦੇ ਆ ਨਾ। ਅਤੇ ਮੈਂ ਤੈਨੂੰ ਦੱਸਣਾ ਚਾਹੁੰਦਾ, ਅਨਪੜ੍ਹ ਵਿਹਲੜ ਸਾਧ, ਨਕਲੀ ਸਾਧ, ਦੁਨੀਆਂ ਦੇ ਵੱਡੇ ਵੱਡੇ ਵਿਦਵਾਨ PhD ਕਰ ਰਹੇ ਹਾਂ ਸਿੱਖ ਧਰਮ ਉੱਤੇ, ਅਤੇ ਅਨੇਕਾਂ ਹੀ ਕਿਤਾਬਾਂ ਉਹਨਾਂ ਨੇ ਦੁਨੀਆਂ ਦੀ ਝੋਲੀ ਪਾਈਆਂ, ਇਕੱਲੇ ਮਤਲਬ ਕਿ ਆਪਣੇ ਪੰਜਾਬੀ ਨਹੀਂ, ਬਾਹਰ ਵਾਲੇ ਵੀ, ਅੰਗਰੇਜ਼ ਵੀ। ਠੀਕ ਹੈ ਜੀ। ਸੋ ਸਿੱਖ ਧਰਮ ਨਾਲ ਜਿਹੜੇ ਕਿ ਕਹਿ ਲਈ ਬੜੇ ਪ੍ਰਭਾਵਿਤ ਹੋਏ, ਅਤੇ ਤੂੰ 3 'ਚ ਨਹੀਂ, 13 'ਚ ਨਹੀਂ ਹੈ, ਪੈਸੇ ਦਾ ਪੀਰ ਤੂੰ, ਲੱਖ ਲੱਖ ਰੁਪਈਏ ਦੇ ਬੂਟ ਪਾਉਣਾ ਕਿਹਦੇ ਕਰਕੇ? ਸਿੱਖ ਧਰਮ ਕਰਕੇ। ਠੀਕ ਹੈ, ਕਰੋੜਾਂ ਦੀਆਂ ਗੱਡੀਆਂ 'ਚ ਕਿਹਦੇ ਕਰਕੇ ਘੁੰਮਦਾ? ਸਿੱਖ ਧਰਮ ਕਰਕੇ। ਅਤੇ ਹੁਣ ਇੱਕ ਗੱਲ ਦਾ ਜਵਾਬ ਦਈ, ਨਾ ਪਿੱਛੇ ਸਿੰਘ ਲੱਗਿਆ ਤੇਰੇ, ਇਹ ਕਦੋਂ ਲੱਗਿਆ, ਕਿਉਂ ਲੱਗਿਆ, ਇਹ ਦੱਸੀ ਮਾੜਾ ਜਿਹਾ। ਅਤੇ ਦੂਜੀ ਗੱਲ, ਜੋ ਤੇਰਾ ਡੇਰਾ ਹੈ ਵਿਹਲੜ ਸਾਧ ਦਾ ਡੇਰਾ ਜਿਹੜਾ ਤੇਰਾ, ਉਹ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਨੇ, ਦੱਸੋ? ਠੀਕ ਹੈ ਜੀ, ਸਿੱਖਾਂ ਦੇ ਗੁਰੂ ਨੇ, ਅਤੇ ਤੂੰ ਫਿਰ ਸਿੱਖ ਧਰਮ ਦੇ ਗੁਰੂ ਦੇ ਉੱਤੇ, ਕਹਿ ਲਈਏ ਵੀ ਗੁਰੂ ਸਾਹਿਬ ਨੂੰ ਤੂੰ ਆੜ ਬਣਾ ਕੇ ਐਸ਼ ਕਰਦਾ ਜਿਹੜੀ, ਉਹ ਕਿਹੜੇ ਖਾਤੇ 'ਚ ਪਾਈਏ? ਤੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਿਖਾਇਆ ਹੋਇਆ ਸਾਰਾ ਕੁਛ, ਤਾਂ ਤੂੰ ਸਿੱਖ ਧਰਮ ਨੂੰ ਮੰਨਦਾ ਹੀ ਨਹੀਂ, ਤਾਂ ਫਿਰ ਨਾਂ ਕਿੱਦਾਂ ਹੋ ਗਿਆ ਉਹ? ਠੀਕ ਹੈ, ਕੀ ਲਿਖਾਇਆ ਹੋਇਆ ਤੂੰ ਉਹਦੇ ਵਿੱਚ ਜਦੋਂ ਤੂੰ ਨਾਂ ਕਰਾਇਆ ਸਾਰਾ ਕੁਛ? ਅਤੇ ਇਹ ਇੱਕ ਤੂੰ ਆਪਣੇ ਜਿਹੜੇ ਆਮ ਲੋਕਾਂ ਨੂੰ ਭਰਮਾਉਣ ਵਾਸਤੇ ਗੱਲ ਕਰੀ ਹੈ, ਇਹ ਕਿ ਮੈਂ ਨਾਂ ਲਵਾਇਆ ਹੋਇਆ ਸਾਰਾ ਕੁਛ, ਐਸ਼ ਕੌਣ ਕਰਦਾ? ਤੂੰ ਕਿਹਦੇ ਸਿਰ 'ਤੇ? ਸਿੱਖ ਧਰਮ ਦੇ ਸਿਰ 'ਤੇ। ਠੀਕ ਹੈ, ਲੱਖ ਲੱਖ ਰੁਪਈਏ ਦੇ ਬੂਟ ਤੂੰ ਪਾਉਣਾ ਸਿੱਖ ਧਰਮ ਦੇ ਕਰਕੇ। ਠੀਕ ਹੈ, ਅਤੇ ਮੈਂ ਤਾਂ ਹੁਣ ਤੈਨੂੰ ਇਹ ਕਹੂੰਗਾ, ਤੂੰ ਜਦ ਮੁਨਕਰ ਹੀ ਹੋ ਚੁੱਕਾ, ਇਤਿਹਾਸ ਤੋਂ ਤੂੰ ਮੁਨਕਰ ਹੋਇਆ ਸੀ, ਠੀਕ ਹੈ, ਅਤੇ ਹੁਣ ਤੂੰ ਕਹਿੰਦਾ ਕਿ ਸਿੱਖ ਧਰਮ ਹੀ ਨਹੀਂ ਹੋਇਆ, ਕੋਈ ਗੁਰੂ ਨਾਨਕ ਪਾਤਸ਼ਾਹ ਨੇ ਚਲਾਏ ਨਹੀਂ ਸਿੱਖ ਧਰਮ, ਤਾਂ ਹੁਣ ਇਹ ਦੱਸ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਿੱਖਾਂ ਦੇ ਗੁਰੂ ਹੈ, ਸਾਰੀ ਦੁਨੀਆ ਮੰਨਦੀ ਹੈ, ਤੇਰੇ ਮੰਨਣ ਨਾ ਮੰਨਣ ਨਾਲ ਥੋੜ੍ਹੀ ਫਰਕ ਪੈਣਾ ਇਸ ਚੀਜ਼ ਦਾ? ਤੂੰ ਤਾਂ ਬਕਵਾਸ ਕਰਤੀ, ਤੂੰ ਤਾਂ ਭੌਂਕ ਪਿਆ ਕੁੱਤੇ ਵਾਂਗ, ਜਿਹੜਾ ਤੇਰਾ ਕੰਮ ਹੈ, ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਚੱਕਣਾ ਹੈ? ਦੱਸ ਕਿਉਂ ਉਹਨਾਂ ਦਾ ਨਾਮ ਲੈ ਲੈ ਕੇ ਤੂੰ ਲੋਕਾਂ ਨੂੰ ਮੂਰਖ ਬਣਾਉਣਾ? ਇਹਦਾ ਜਵਾਬ ਜ਼ਰੂਰ ਦਈ। ਠੀਕ ਹੈ, ਅਤੇ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਸਿੱਖ ਸੰਸਥਾਵਾਂ ਨੂੰ, ਜਥੇਦਾਰ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਤੋਂ, ਅਤੇ ਨਿਹੰਗ ਸਿੰਘਾਂ ਨੂੰ, ਸਾਰਿਆਂ ਨੂੰ, ਜਥੇਦਾਰ ਸਾਹਿਬ ਨੂੰ, ਉਹਨਾਂ ਦੇ ਜਿੰਨੇ ਵੀ, ਇਹ ਬੰਦਾ ਸਿੱਖ ਧਰਮ ਤੋਂ ਮੁਨਕਰ ਹੋ ਚੁੱਕਾ, ਇਹਦੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜੋ ਕਿ ਹੁਣ ਬਣਦਾ ਨਹੀਂ ਇਹਦੇ ਡੇਰੇ 'ਤੇ ਹੋਣਾ ਪ੍ਰਕਾਸ਼, ਅਤੇ ਇਹਦੇ ਡੇਰੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੁਕਾਇਆ ਜਾਵੇ, ਅਤੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਇਹਨੇ ਸਾਰਾ ਕੁਛ ਲਵਾਇਆ ਹੋਇਆ, ਉਹਨੂੰ ਆਪਣੇ ਕਹਿ ਲਈਏ ਵੀ ਕਬਜ਼ੇ 'ਚ ਕੀਤਾ ਜਾਵੇ। ਕਿਉਂਕਿ ਜਦੋਂ ਬੰਦਾ ਇੱਕ ਮੁੱਕਰੇ ਗਿਆ ਕਿ ਸਿੱਖ ਧਰਮ ਇਹ ਨਹੀਂ ਹੈ ਕੋਈ, ਅਤੇ ਫਿਰ ਤੂੰ ਸਿੱਖ ਧਰਮ ਦੇ ਕਕਾਰ ਵੀ ਪਾਈ ਫਿਰਦਾ, ਤੂੰ ਕਿਉਂ ਨਹੀਂ ਲਾਹ ਦਿੰਦਾ? ਫਿਰ ਲਾਹ ਇਹਨਾਂ ਨੂੰ ਵਾਪਸ ਕਰ ਸਿੱਖ ਪੰਥ ਨੂੰ। ਠੀਕ ਹੈ, ਅਤੇ ਹੁਣ ਆਪਣੇ ਦਮ 'ਤੇ ਤੂੰ ਫਿਰ ਕਰਕੇ ਦਿਖਾ ਜਾਓ, ਕਰਨਾ ਸਾਰਾ ਕੁਛ, ਬਣਾ ਡੇਰੇ ਦੁਬਾਰੇ ਬਣਾ ਲੈ, ਕੋਈ ਨਹੀਂ ਰੋਕਦਾ ਤੈਨੂੰ, ਪਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਤੂੰ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਇਹ ਸੋਚ। ਠੀਕ ਹੈ, ਅਤੇ ਧੰਨ ਨੇ ਤੇਰੇ ਸ਼ਰਧਾਲੂ ਜਿਹੜੇ ਤੈਨੂੰ ਬਹੁਤ ਵੱਡਾ ਮੋਟੀਵੇਸ਼ਨ ਸਪੀਕਰ ਮੰਨ ਰਹੇ ਹੈ। ਠੀਕ ਹੈ, ਸਿੱਖ ਧਰਮ ਦੀ ਆੜ ਲੈ ਕੇ ਤੂੰ ਐਸ਼ ਕਰਦਾ, ਵਿਹਲੜ ਤੂੰ ਇੱਕ ਨੰਬਰ ਦਾ ਹੈਗਾ, ਪੈਸੇ ਦਾ ਪੀਰ ਹੈ ਤੂੰ, ਕੋਈ ਦੌਰਾ ਆ ਨਹੀਂ ਦੇ ਵਿੱਚ। ਜਿਹੜਾ ਬੰਦਾ ਬ੍ਰਾਂਡਡ ਲੱਖ ਲੱਖ 50-50 ਹਜ਼ਾਰ ਦੇ ਬੂਟ ਪਾਉਂਦਾ, ਐਨਕ ਦੀ ਜਿਹੜੀ ਫਰੇਮ ਹੈ ਉਹਦੇ ਨਾਲ 50 ਦੀ ਮੈਚਿੰਗ ਕਰਦਾ, ਪੱਗ ਦੀ ਬੂਟਾਂ ਨਾਲ ਮੈਚਿੰਗ ਕਰਦਾ,
ਉਹ ਕਿੱਡਾ ਕੁ ਵੱਡਾ ਮਾਇਆਧਾਰੀ ਨਾਗ ਹੋਊਗਾ, ਤੁਸੀਂ ਆਪ ਹਿਸਾਬ ਲਾ ਲਓ। ਅਤੇ ਧੰਨ ਨੇ ਲੋਕ ਜਿਹੜੇ ਇਹਦੇ ਮਗਰ ਲੱਗੇ ਹੋਏ ਵਿਹਲੜ ਦੇ, ਆਪ ਡੱਕਾ ਤੋੜਦਾ ਨਹੀਂ ਹੈ, ਲੋਕਾਂ ਨੂੰ ਮੋਟੀਵੇਸ਼ਨ ਸਪੀਕਰ ਬਣਾ ਰਿਹਾ, ਮੋਟੀਵੇਟ ਕਰ ਰਿਹਾ ਹੈ। ਸੋ ਇਹ ਦੁਕਾਨਦਾਰੀ ਤੇਰੀ ਚੱਲਦੀ ਹੈ, ਤੂੰ ਕਹਿੰਦਾ ਨਾ ਕਿ ਤੂੰ ਪੁਜਾਰੀ ਹੈ, ਫਲਾਣਾ ਪੁਜਾਰੀ, ਧਮਕਾ ਪੁਜਾਰੀ, ਸਭ ਤੋਂ ਵੱਡਾ ਤੂੰ ਪੁਜਾਰੀ ਹੈ, ਤੂੰ ਆਪ ਹੈ, ਬਸ ਤੂੰ ਡਿਜੀਟਲ ਹੈ, 10-10 ਰੁਪਈਏ ਤੂੰ ਪੇਟੀਐੱਮ ਰਾਹੀਂ ਮੰਗਦਾ, ਠੀਕ ਹੈ। ਅਤੇ ਤੂੰ ਆਪਣਾ ਖੁਦ ਦਾ ਇੰਨਾ ਕੁ ਜਲੂਸ ਕਢਵਾ ਲਿਆ ਤੂੰ ਰਹੇ ਰੱਬ ਦਾ ਨਾਂ, ਠੀਕ ਹੈ ਜੀ। ਸੋ ਇਹ ਬੇਨਤੀਆਂ ਸੀ ਕਿ ਇਹ ਇਹੋ ਜਿਹਾ ਚਵਲ ਹੈ ਕਿ ਹੁਣ ਸਿੱਖ ਧਰਮ ਤੋਂ ਹੀ ਮੁਨਕਰ ਹੋ ਚੁੱਕਾ। ਅਤੇ ਇਹਦੇ ਡੇਰੇ ਤੋਂ ਮੈਂ ਬੇਨਤੀ ਕਰੂੰਗਾ ਕਿ ਗੁਰੂ ਗ੍ਰੰਥ ਦਾ ਪ੍ਰਕਾਸ਼ ਚੱਕਿਆ ਜਾਵੇ, ਇਹਦੇ ਕਕਾਰ ਵੀ ਉਤਰਵਾਏ ਜਾਣ, ਕਿਉਂਕਿ ਇਹੋ ਜਿਹਿਆਂ ਦੀ ਲੋੜ ਹੈ ਹੀ ਨਹੀਂ ਪਹਿਲੀ ਗੱਲ ਤਾਂ ਸਿੱਖ ਧਰਮ ਦੇ ਵਿੱਚ, ਜਦੋਂ ਬੰਦਾ ਖੁਦ ਕਹਿ ਰਿਹਾ ਵੀ ਸਿੱਖ ਧਰਮ ਹੀ ਨਹੀਂ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ, ਠੀਕ ਹੈ ਜੀ। ਸੋ ਮੈਂ ਸਮਝਦਾ ਕਿ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਨਹੀਂ ਆਪਣਾ ਵੱਖ ਕਰਨਾ ਸੀ ਤਾਂ ਉਹ ਐਡਾ ਵੱਡਾ ਅਡੰਬਰ ਰਚਣ ਦੀ ਕੀ ਲੋੜ ਸੀ ਮਹਾਰਾਜ ਨੂੰ, ਦੱਸੋ, ਠੀਕ ਆ। ਅਤੇ ਤੂੰ ਐਵੇਂ ਬੇਵਕੂਫ ਵਾਲੀਆਂ ਗੱਲਾਂ, ਅਨਪੜ੍ਹ ਬੰਦਾ ਤੂੰ ਹੈ, ਇਹ ਜਿਹੜੇ ਸਕੋਲਰ ਕਹਿ ਲਈਏ ਵੀ ਇਹਦੇ ਵਿੱਦਿਆ ਦਾ ਅਤੇ ਵੱਡੇ ਤਕੜੇ ਤਕੜੇ ਵਿਦਵਾਨ ਕਹਿ ਲਈਏ ਸਿੱਖ ਧਰਮ ਉੱਤੇ ਰਿਸਰਚ ਕਰ ਰਹੇ ਹੈ, ਅਤੇ ਤੂੰ 8ਵੀਂ ਫੇਲ ਰੋਟੀਆਂ ਚੋਰੀ ਕਰਕੇ ਖਾਣ ਵਾਲਾ ਬੰਦਾ ਕਹਿੰਦਾ ਸਿੱਖ ਧਰਮ ਹੀ ਨਹੀਂ ਚਲਾਇਆ, ਫਿਰ ਤੇਰੇ 'ਤੇ ਲਾਂਤ ਤਾਂ ਹੈ ਹੀ ਜਿਹੜੀ ਬਣਦੀ ਹੈ, ਲੱਖ ਦੀ ਲਾਂਤ ਤਾਂ ਤੇਰੇ ਸੁਣਨ ਵਾਲੇ ਸ਼ਰਧਾਲੂਆਂ 'ਤੇ ਹੈ ਜਿਹੜੇ ਤੈਨੂੰ ਪੈਸੇ ਦਿੰਦੇ ਆ, ਹਾਂਜੀ, ਜਿਹੜੇ ਗੁਰੂ ਤੋਂ ਮੁੱਖ ਮੋੜ ਕੇ ਤੈਨੂੰ ਆਪਣਾ ਗੁਰੂ ਮੰਨ ਚੁੱਕੇ ਆ, ਬਸ ਐਲਾਨ ਹੋਣਾ ਹੀ ਬਾਕੀ ਹੈ, ਹੋਰ ਸਾਰਾ ਕੁਛ ਹੋ ਚੁੱਕਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਜੋ ਕੁਛ ਵੀ ਹੈ ਉਹ ਸਾਰਾ ਕੁਛ ਮੋੜ, ਪ੍ਰਕਾਸ਼ ਚੱਕਾ ਅਤੇ ਕਕਾਰ ਵਾਪਸ ਕਰ ਖਾਲਸੇ ਨੂੰ ਆਪਣੇ, ਤੂੰ ਇਹਨਾਂ ਦੇ ਲਾਇਕ ਨਹੀਂ, ਤੂੰ ਇਹਨਾਂ ਦਾ ਅਧਿਕਾਰੀ ਨਹੀਂ ਹੈ, ਜਾਂ ਤੂੰ ਇਹਨਾਂ ਨੂੰ ਮੰਨਦਾ ਹੀ ਨਹੀਂ ਹੈਗਾ, ਠੀਕ ਹੈ ਜੀ। ਸੋ ਇੰਨੀਆਂ ਕੁ ਬੇਨਤੀ ਅਸੀਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।